ਜ਼ਿਲ੍ਹਾ ਕਾਰਗਿਲ ਅਤੇ ਜਾਂਸਕਰ ਦੇ ਪਿੰਡਾਂ ਦੀ ਸਵੇਰ ਅਤੇ ਪਿੰਡ ਦਾ ਨਾਮ ਆ ਜੀ ਜਾਂਗਲਾ, ਜਾਂਗਲਾ ਪਿੰਡ। ਆਹ ਢਾਬੇ ਦੇ ਨੇੜੇ ਰਾਤ ਟੈਂਟ ਲਾਇਆ ਅਤੇ ਇੱਥੇ ਹੁਣ ਅਸੀਂ ਰੋਟੀ ਪਾਣੀ ਦਾ ਆਹਰ ਕੀਤਾ ਹੋਇਆ ਸੀਗਾ, ਕਿਹਾ ਸੀ ਇਹਨਾਂ ਨੂੰ ਭੈਣ ਹੁਣਾਂ ਨੂੰ ਅਤੇ ਇਹਨਾਂ ਨੇ ਰੋਟੀ ਪਾਣੀ ਸਾਡੇ ਲਈ ਲਾਇਆ ਹੋਇਆ। ਇਹ ਕਹਿੰਦੇ ਭਾਈ ਸਾਡੇ ਪਾਣੀ ਦੀ ਵਾਰੀ ਹੈ ਅਤੇ ਤੁਸੀਂ ਆ ਕੇ ਸੰਦੇਹਾਂ ਰੋਟੀ ਖਾ ਲਓ। ਜੁਲੇ ਜੀ ਕੈਸੇ ਹੋ ਜੀ? ਠੀਕ ਹੀ ਚਾਹੀਏ ਜੀ, ਧੰਨਵਾਦ ਜੀ, ਸ਼ੁਕਰੀਆ, ਧੰਨਵਾਦ ਜੀ। ਦੀਦੀ ਉਹਨਾਂ ਨੇ ਅਲੂਮੀਨਾਟੀ ਪਰੌਂਠੇ ਲਾਏ ਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਇਹ ਕਹਿੰਦੇ ਅਸੀਂ ਆਲੂ ਜੀ, ਕੋਈ ਬਾਤ ਨਹੀਂ, ਸਾਤ ਤੋਂ ਵੱਧ ਚੁੱਕੀ ਹੈ ਜੀ, ਪਾਣੀ ਵੱਢ ਲਿਆ ਹੋਊਗਾ। ਠੀਕ ਹੈ ਜੀ, ਇਹ ਵਾਲਾ ਲਾਮਾ ਹੈ, ਇਹ ਲਾਮਾ ਹੈ। ਪੰਜਾਬ ਮੇ ਜੋ ਲੜਕਾ ਲੋਕ ਹੋਤਾ ਨਾ ਵੋ ਬੜਾ ਬਾਲ ਰੱਖਤਾ ਹੈ, ਹਾਂ ਐਸਾ ਜੁੜਾ ਹੋ ਜਾਤਾ ਹੈ, ਜੈਸਾ ਆਪ ਲੋਕ ਪੀਛੇ ਕਰਤੇ ਹੋ ਨਾ, ਹਮ ਯਹਾਂ ਪਰ ਕਰਤੇ ਹੈ, ਲੜਕਾ ਐਸਾ ਕਰਤਾ ਹੈ, ਜੋ ਲੜਕੀ ਹੋਤਾ ਹੈ ਵੋ ਪੀਛੇ ਕਰਤਾ ਹੈ, ਜਾਂ ਵੋ ਗੁੱਤ ਕਰਤਾ ਹੈ, ਵੋ ਕਿਆ ਹੋਤਾ ਹੈ ਵੋ ਛੋਟੀ ਲੜਕੀ ਹੈ, ਸੋਤਾ ਹੈ ਆਪਕੀ ਲੜਕੀ ਹੈ, ਆਪ ਆਪ ਜੀ ਮੇਰੇ ਸੋਤਾ ਹੈ, ਨਹੀਂ 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 ਲੜਕੀ ਤੋ ਐਸਾ ਕੈਸਾ ਹੋਗਾ, ਆਪਕੇ ਯਹਾਂ ਆਪਕੇ ਬੜੇ ਬਾਲ ਲੜਕਾ ਨਹੀਂ ਨਾ ਰੱਖਤਾ, ਆਪ ਗੰਜਾ ਰਹਿਤਾ ਹੈ, ਲਾਮਾ ਲੋਕ ਜ਼ਿਆਦਾਤਰ ਉਸ ਤਰ੍ਹਾਂ ਲਗਾ ਹੋਤਾ, ਗੰਜਾ ਹੋਤਾ ਹੈ। ਠੀਕ ਹੈ ਠੀਕ ਹੈ, ਵਾਹ ਯਾਰ ਆਪਣੇ ਖੁਸ਼ ਕਰ ਦਿਆ, ਕਿਆ ਬਾਤ ਹੈ, ਮੈਂ ਉਹਨਾਂ ਲੋਕਾਂ ਚੋਂ ਹਾਂ ਜੋ ਸਦਾ ਸਫ਼ਰ 'ਚ ਰਹੇ, ਜਿਨ੍ਹਾਂ ਦੇ ਸਿਰ 'ਤੇ ਸਦਾ ਤਾਰਿਆਂ ਦਾ ਥਾਲ ਰਿਹਾ, ਅਤੇ ਤਾਰਿਆਂ ਦਾ ਥਾਲ ਦੇਖਣਾ ਹੋਵੇ ਤਾਂ ਲੱਦਾਖ ਤੋਂ ਸੋਹਣੀ ਜਗ੍ਹਾ ਕੋਈ ਨਹੀਂ। ਰਾਤ ਨੂੰ ਇੱਥੋਂ ਲੈ ਕੇ ਐਂ ਸਾਰੇ ਕਿਤੇ ਇੰਨੇ ਕੁ ਤਾਰੇ ਹੁੰਦੇ ਆ ਯਾਰ, ਬੰਦਾ ਹੈਰਾਨ ਹੁੰਦਾ ਵੀ ਇੰਨੇ ਤਾਰੇ ਵੀ ਹੈਗੇ ਅਸਮਾਨ ਦੇ ਵਿੱਚ। ਸੋ ਨੰਗੀ ਅੱਖ ਨਾਲ ਤਾਰੇ ਦੇਖਣੇ ਤਾਂ ਲੱਦਾਖ ਆਉਣਾ ਬਣਦਾ ਹੈ। ਇੱਧਰ ਆਪਣਾ ਨੌਜਵਾਨ ਕਾਲਾ ਸਮਾਨ ਬੰਨੀ ਜਾਂਦਾ ਹੈ, ਕਾਲਾ ਅਤੇ ਸੀਰਾ ਇਹ ਪੰਜਾਬ ਦੇ ਦੋਵੇਂ ਪਿੰਡਾਂ ਦੇ ਕੌਮਨ ਨਾਂ ਨੇ, ਸਾਰੇ ਕਿਤੇ ਹੁੰਦੇ ਆ ਕਾਲੇ ਅਰਕੇ। ਆਪਣੀ ਵੀਡੀਓ ਨੂੰ ਦੇਖਦੇ ਸਾਰੇ ਮਿੱਤਰ ਬੇਲੀਆਂ ਨੂੰ, ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਜ਼ਿਲ੍ਹਾ ਕਾਰਗਿਲ ਲੱਦਾਖ ਦੇ ਵਿੱਚ ਖੜ੍ਹੇ ਹਾਂ ਅਤੇ ਪਿੰਡ ਦਾ ਜਾਂਗਲਾ ਜਿੱਥੇ ਅੱਜ ਰਾਤ ਰੁਕੇ ਸੀ ਆਪਾਂ, ਇੱਥੇ ਤੰਬੂ ਗੱਡੇ ਸੀ ਆਪਾਂ ਪਿੰਡ ਦੇ ਬਾਹਰ ਬਾਹਰ। ਅੱਜ ਇੱਥੋਂ ਗਾਂਹ ਨੂੰ ਜਾਵਾਂਗੇ ਆਪਾਂ, ਗਾਂਹ ਦਰੇ ਪੈਂਦੇ ਆ ਦੋ ਤਿੰਨ ਉੱਚੇ ਦਰੇ, ਮਰਸਿਮਲਾ ਸਿੰਗੇਲਾ, ਅਤੇ ਉੱਧਰ ਨੂੰ ਸਫ਼ਰ ਕਰਾਂਗੇ। ਉੱਥੇ ਨੇੜੇ ਤੇੜੇ ਕੁਛ ਪਿੰਡ ਨੇ, ਉਹਨਾਂ ਪਿੰਡਾਂ ਨੂੰ ਦੇਖਾਂਗੇ, ਹੋ ਸਕਦਾ ਦੋਵੇਂ ਦਰਿਆਂ ਦੇ ਵਿਚਕਾਰ ਇੱਕ ਪਿੰਡ ਪੈਂਦਾ ਫਤੂਕਸਰ, ਹੋ ਸਕਦਾ ਆਪਾਂ ਉੱਥੇ ਰਹੀਏ, ਬਾਕੀ ਦੇਖਦੇ ਹਾਂ। ਮੌਸਮ ਸੋਹਣਾ, ਥੋੜ੍ਹੀ ਥੋੜ੍ਹੀ ਬੱਦਲਵਾਈ ਕਿਤੇ ਨਾ ਕਿਤੇ ਹੈਗੀ ਆ, ਪਰ ਫਿਰ ਵੀ ਅਸਮਾਨ ਨੀਲਾ ਅਤੇ ਚਿੱਟੇ ਬੱਦਲ ਉੱਡਦੇ ਦਿੰਦੇ ਆ। ਟਾਈਮ ਲੈਪਸ ਇਹਨਾਂ ਪਹਾੜਾਂ ਦੇ ਵਿੱਚ ਬਹੁਤ ਸੋਹਣੇ ਬਣਦੇ, ਕਿਉਂਕਿ ਬੱਦਲ ਲਗਾਤਾਰ ਤੁਰਦੇ ਫਿਰਦੇ ਰਹਿੰਦੇ ਆ। ਅਤੇ ਚੱਲਦੇ ਹਾਂ ਆਪਾਂ, ਅੱਜ ਵੀਡੀਓ ਨੂੰ ਲਾਈਕ ਲਾਜ਼ਮੀ ਕਰਿਓ, ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਕਰਿਓ। ਸਹੀ ਆਉਂਦਾ ਸਕ੍ਰਿਪਟਡ ਜੇ ਕਰਨਾ ਬੜਾ ਜੰਮਦੇ ਆ, ਜੱਜ ਗਿਆ ਲੜਕਾ। ਆਪਾਂ ਖੜੇ ਹਾਂ ਜ਼ਿਲ੍ਹਾ ਕਾਰਗਿਲ ਦੇ ਉਸੇ ਪਿੰਡ ਦੇ ਵਿੱਚ, ਅਤੇ ਗਏ ਅੱਜ ਕਿਤੇ ਵੀ ਨਹੀਂ, ਸਮਾਂ ਮਿਲਾ ਢਾਈ ਤਿੰਨ ਦਾ ਹੋ ਗਿਆ, ਅਤੇ ਜਾਣਾ ਬਣਦਾ ਵੀ ਨਹੀਂ ਸੀ। ਆਪਣੇ ਮਿੱਤਰ ਬੇਲੀ ਸਾਰੇ ਪਹੁੰਚੇ ਆਪਣੇ ਕੋਲ, ਬਾਈ ਹਰਵਿੰਦਰ, ਅਰਜਨ ਵੀਰ ਅਤੇ ਰਾਵਣ ਖੋਸਾ ਅਤੇ ਚੰਨਾ ਬੰਬੇ ਵਾਲਾ, ਫਿਰ ਇੱਥੇ ਮੈਂ ਆਪਣਾ ਲੱਗੀਆਂ ਗੱਲਾਂ ਬਾਤਾਂ ਕਰੀ ਜਾਂਦੇ ਹਾਂ।
ਗੱਲਾਂ ਉਹੀ ਹੈ ਧਰਤੀ ਲਦਾਖ ਦੀ ਅਤੇ ਗੱਲਾਂ ਪੰਜਾਬ ਦੀਆਂ। ਮੈਂ ਕਿਹਾ ਵੀ ਸਲਾਹ ਕਰਦੇ ਸੀ ਅਸੀਂ ਆਪਸ 'ਚ ਵੀ ਵੀ ਹੁਣ ਜਦੋਂ ਗਾਂਹ ਵਾਲੇ ਟ੍ਰਿਪ 'ਤੇ ਆਉਣਾ ਤਾਂ ਹੁਣ ਤੁਸੀਂ ਵੀ ਦੱਸਿਆ ਹੁਣ ਟਰੈਕਿੰਗ ਕੋਈ ਟਰੈਕ ਲੱਭ ਕੇ ਜਾਂ ਕਸ਼ਮੀਰ ਵਾਲਾ ਉਹੀ ਕਰਾਂਗੇ ਤਾਂ ਉਹ ਜ਼ਰੂਰ ਕਰਿਓ ਬਾਈ ਕਸ਼ਮੀਰ ਗ੍ਰੇਟ ਲੇਕ ਟਰੈਕ। ਠੀਕ ਹੈ ਉਹ ਨਾ ਉਹਦੇ ਨੇੜੇ ਨੇੜੇ ਪੈ ਜਾਂਦਾ ਪਾਕਿਸਤਾਨ ਵਾਲੇ ਬਾਰਡਰ ਜਿਹਦੇ। ਠੀਕ ਹੈ ਅਤੇ ਸੋਹਣਾ ਮਾਹੌਲ ਆ ਝੀਲਾਂ ਝੂਲਾਂ ਵਾਲਾ ਉੱਧਰ। ਉੱਥੇ ਤਾਂ ਜਾ ਕੇ ਆਈਏ ਇੱਕ ਤਾਂ ਕਿੱਥੇ ਜਿਹੜੀ ਸਿੱਖ ਰੈਜੀਮੈਂਟ ਆ ਇੱਥੇ ਅੱਠ ਸਿੱਖ ਉੱਤੇ ਚੱਲਾਂਗੇ। ਕਿਹੜੀ ਜਗ੍ਹਾ ਬਾਈ? ਇੱਥੇ ਪੈਂਗੋਂਗ ਤੋਂ ਕੋਲ ਹਾਂ ਉਹ ਤਾਂ ਆਪਾਂ ਨੂੰ ਉੱਧਰ ਜਦੋਂ ਹੰਲੇ ਨੂੰ ਜਾਵਾਂਗੇ ਰਾਹ ਹੀ ਪੈਂਦੀ ਆ ਉਹ। ਹਾਂ ਜਾਵਾਂਗੇ ਕਿਤੇ ਉਹ ਵੀ ਐਵਰੈਸਟ 'ਤੇ ਵੀ ਕਿਤੇ ਜਾਇਆ ਜਾਊ ਜਾਇਆ ਬਾਬੇ ਜਿਹਾ ਬਣਿਆ। ਤੁਸੀਂ ਬੇਸ ਕੈਂਪ ਕਰਾਂ ਜਾ ਕੇ ਆਇਓ। ਉੱਤੇ ਚੜ੍ਹਨ ਦਾ ਵੀ ਉਹਦਾ ਨਾ ਮਾਹੌਲ ਹੋਰੂ ਹੁੰਦਾ ਬਾਈ। ਪਹਿਲਾਂ ਤਾਂ ਬਾਬਾ ਸ਼ਰਤਾਂ ਨੇ ਉਹਦੀਆਂ, ਤੁਸੀਂ ਕਈ ਚੋਟੀਆਂ ਚੜ੍ਹੇ ਹੋਣੇ ਚਾਹੀਦੇ ਆ ਚਾਹੀਦੇ ਹਾਂ, ਅਤੇ ਦੂਜਾ ਐਡਵਾਂਸ ਅਤੇ ਬੇਸਿਕ ਕੋਰਸ ਕੀਤੇ ਹੋਣੇ ਚਾਹੀਦੇ ਆ, ਅਤੇ ਉਦੋਂ ਬਾਅਦ ਉਹਦਾ ਐਕਲੀਮੈਟਾਈਜ਼ ਕਰਾਉਂਦੇ ਆ ਬੇਸ ਕੈਂਪ 'ਤੇ। ਮਹੀਨਾ ਮਹੀਨਾ ਰੱਖਦੇ ਆ ਬੰਦਿਆਂ ਨੂੰ, ਮਹੀਨਾ ਰੱਖਿਆ ਤੁਹਾਨੂੰ ਉੱਥੇ ਬਰਫ਼ 'ਤੇ ਚੜ੍ਹਾਉਣ 'ਚ ਟ੍ਰੇਨਿੰਗ ਦਿੰਦੇ, ਉਦੋਂ ਬਾਅਦ ਚੜ੍ਹਾਉਂਦੇ ਫਿਰ ਉਹ। ਲੰਮਾ ਪ੍ਰੋਸੈਸ ਨਾ ਫੜੀਏ ਸ਼ੋਅ ਜੇ ਹੈਂ ਸ਼ੋਅ ਜੇ ਨਾ ਰੱਖਾਂਗੇ ਉਦੋਂ ਸ਼ੋਅ ਤਾਂ ਤੁਸੀਂ ਸਮਾਂ ਕੱਢ ਸਕਦੇ ਹੋ। ਸਹੀ ਹੈ ਉਹ ਕਿਹੜੇ ਹੁੰਦਾ ਆਹੀ ਜੁਲਾਈ ਅਗਸਤ 'ਚ ਹੁੰਦਾ ਅਪ੍ਰੈਲ 'ਚ ਹੁੰਦਾ ਕੀ ਚੀਜ਼ ਬਾਈ ਉਹ ਐਵਰੈਸਟ ਵਾਲਾ? ਨਾ ਵੀਰੇ ਹੁਣ ਹੋ ਰਿਹਾ ਉਹ, ਹੁਣ ਅਸਲ 'ਚ ਨਾ ਨੇਪਾਲ ਨੇ ਤਰੱਕੀ ਵਾਹਵਾ ਕਰ ਲਈ ਅਤੇ ਬੇਸ ਕੈਂਪ ਜਾਂ ਐਵਰੈਸਟ ਉਹਨਾਂ ਦੀ ਕਮਾਈ ਦਾ ਮੁੱਖ ਸਾਧਨ ਆ, ਤਾਂ ਕਰਕੇ ਉੱਥੇ ਉਹਨਾਂ ਨੇ ਹੋਮ ਸਟੇ ਸਾਰਾ ਕੁਛ ਚੰਗੀਆਂ ਸੁਵਿਧਾਵਾਂ ਦਿੱਤੀਆਂ ਹੋਈਆਂ ਨੇ। ਤੁਸੀਂ ਕਿਸੇ ਰੋਤੀ ਚਲੇ ਜਾਓ ਬਾਈ ਹੁਣ ਤਾਂ। ਅੱਛਾ ਸਾਧੂ ਫਿਰ ਇੱਥੇ ਟੈਂਟ ਲਾ ਲੈਣ? ਟੈਂਟ ਨਹੀਂ ਲੈ ਗਏ ਤੁਸੀਂ? ਟੈਂਟ ਨਹੀਂ ਲੈ ਗਏ, ਟੈਂਟ ਰੱਖਿਆ ਕਰੋ ਯਾਰ ਬਾਈ ਨਾਲ। ਐਤਕੀ ਕਿਹਾ ਵੀ ਸੀ ਅਸੀਂ ਬਾਲੇ ਵਧੀਆ ਟੈਂਟ ਹੈਗੇ ਆ ਉਹ ਰੱਖਣੇ ਭੁੱਲ ਗਏ। ਇੱਥੇ ਨਾ ਪਿੱਛੇ ਦਰਿਆ ਦੇ ਕੰਢੇ 'ਤੇ ਕੈਂਪਿੰਗ ਸੈੱਟ ਬਣੀ ਹੋਈ ਹੈ ਸੋਹਣੀ। ਅੱਛਾ ਉੱਥੇ ਲੱਗ ਸਕਦੇ ਆ। ਸਪੀਤੀ ਲਾਏ? ਸਪੀਤੀ ਲਾਇਆ ਸੀ, ਹਵਾ ਹੀ ਬਹੁਤ ਤੇਜ਼ ਸੀ। ਸਪੀਤੀ ਨੇ ਚਾਹ ਜੀ ਬਾਨੀ ਨਹੀਂ ਦਿੱਤੀ, ਉਹ ਪੌਣ ਲੱਗੇ ਡੋਲਤੀ, ਹਵਾ ਵਾਲੀ ਸੀ। ਹਾਂ ਟ੍ਰਾਂਸਫਾਰਮਰ ਵਾਲੇ ਛਾਪ ਤਾਂ ਵਗਦੀ ਹੈ ਤੇਜ਼। ਤੂੰ ਤੇ ਤਾਰਿਆਂ ਵਾਲੇ ਸ਼ਾਟ ਲਾਏ ਰਾਤ ਦੇ? ਨਾ ਬਾਈ ਯਾਰ ਕਿਤੇ ਹੀ ਲੈ ਲਓ, ਸਾਰੇ ਲਦਾਖ 'ਚ ਤਾਰੇ ਸੋਹਣੇ ਦਿਖਦੇ ਆ ਬਾਈ। ਕਰਾਂਗੇ ਫੋਟੋਆਂ ਵੀ ਕਰਾਂਗੇ। ਉਹ ਸਟਾਰ ਟ੍ਰੇਲ ਜਿਹੜਾ ਹੁੰਦਾ ਹਨਲੇ ਬਣਿਆ ਹੋਇਆ ਉਹ ਜਿਹੜਾ ਅਬਜ਼ਰਵੇਟਰੀ ਹਾਂ ਬੰਗਲੌਰ ਤੋਂ ਚਲਾਉਂਦੇ ਨੇ ਉਹਨੂੰ, ਤਾਰਿਆਂ ਤੂਰਿਆਂ ਦੇ ਫੜਫੜ ਮੋਹ ਚੱਲਣਾ ਮੋਹ ਆ ਉਹ ਸ਼ਾਇਦ ਤਾਂ ਰੱਖਿਆ ਕਿ ਇੰਨੀ ਹਾਈਟ 'ਤੇ ਆ। ਹਾਂ ਬਾਈ ਇਹ ਵੱਡਾ ਕਾਰਨ ਆ। ਦੂਜਾ ਅਸੀਂ ਨਾ ਪਿਛਲੇ ਸਾਲ ਇੱਧਰ ਗਏ ਸਿਆਚਨ ਵਾਲੇ ਪਾਸੇ ਗਏ ਹੋ ਤੁਸੀਂ? ਖਲਸਰ ਤੋਂ ਸਿਆਚਨ ਨੂੰ ਰਾਹ ਜਾਂਦਾ ਜਿਹੜਾ ਤੁਰਤਕ ਨਹੀਂ, ਉਹ ਇੱਧਰ ਨੂੰ ਸਿੱਧਾ ਰਾਹ ਜਾਂਦਾ ਜਿਹੜਾ। ਹਾਂ ਉਹ ਪਹਿਲਾਂ ਹੀ ਮੁੜ ਜਾਂਦਾ ਨੂਬਰਾ ਤੋਂ, ਉਹ ਨੂਬਰਾ ਨੂੰ ਮੁੜ ਜਾਂਦਾ ਸਿੱਧਾ ਸਿਆਚਨ ਬੇਸ ਕੈਂਪ ਨੂੰ ਜਾਂਦੇ ਆ ਬਾਈ ਕਰਾਕੁਰਮ ਰੇਂਜ। ਉੱਥੇ ਨਾ ਇੱਕ ਪਿੰਡ ਅਰਜਨ ਵੀਰ, ਉਹਦਾ ਪਿੰਡ ਦਾ ਨਾਮ ਆ ਪਣੀਖਰ, ਅਸੀਂ ਉੱਥੇ ਰਾਤ ਰਹੇ ਮੁੜਦੇ ਹੋਏ, ਅਤੇ ਉੱਥੇ ਅਸੀਂ ਦੇਖਿਆ ਰਾਤ ਨੂੰ 11-12 ਵਜੇ ਤੋਂ ਬਾਅਦ ਲਾਈਟ ਕੱਟ ਦਿੰਦੇ ਨੇ। ਕਾਰਨ ਇਹ ਆ ਕਹਿੰਦੇ ਵੀ ਟੂਰਿਸਟ ਇੱਥੇ ਤਾਰੇ ਦੇਖਣ ਆਉਂਦੇ ਆ, ਅਤੇ ਜੇ ਇੱਕ ਵੀ ਲਾਈਟ ਜਗਦੀ ਆ ਤਾਂ ਗਲੈਕਸੀ ਉਨੀ ਵਜੇ ਨਹੀਂ ਨਹੀਂ ਸਹੀ ਗੱਲ ਲਾਈਟ ਪ੍ਰਦੂਸ਼ਣ, ਅਤੇ ਲਾਈਟ ਜਦੋਂ ਪੈਂਦੀ ਫਿਰ ਦਿੰਦੇ ਵੀ ਨਹੀਂ ਬਾਈ। ਬਹਾਦਰ ਲੈ ਕੇ ਆਵਾਂਗੇ ਅਸੀਂ, ਲਿਆਉਂਦੇ ਸੀ ਐਤਕੀ ਸਾਡੇ ਵਾਲਾ, ਕਦੇ ਉਹ ਹੁੰਦਾ ਨਹੀਂ ਪਤਾ ਵੱਡਾ ਤੰਬੂ ਲਾ ਦਿੰਦੇ। ਉਹ ਵੀ ਸੂਤ ਹੈ ਹਨਾ ਟ੍ਰੈਕਿੰਗ ਤੇ ਆਹੀ ਸਵਾਦ ਹੈ। ਹਾਂ ਟ੍ਰੈਕਿੰਗ ਤੇ ਨਾ ਤੁਹਾਡੇ ਕੋਲੇ ਕੋਈ ਅਲਟਰਨੇਟਿਵ ਨਹੀਂ, ਤੁਸੀਂ ਕਿਤੇ ਰੁਕ ਜਾਓਗੇ ਤੁਹਾਨੂੰ ਤੰਬੂ ਹੀ ਗੱਡਣੇ ਪੈਣਗੇ, ਉਹਦੀ ਫਿਰ ਲੱਜਤ ਵੱਖਰੀ ਹੋ ਜਾਏ। ਪਹਿਲਾਂ ਟਰੰਪ ਸੋਚਦੇ ਸੀ ਲਿਆਉਣ ਨੂੰ,
ਪਹਿਲਾਂ ਦੇਖ ਕੇ ਟ੍ਰਾਇੰਫ ਬੁੱਕ ਵੀ ਕਰਾਉਂਦੇ ਸੀ, ਫਿਰ ਬਸ ਹੁਣ ਹਾਰ ਫੈਟ ਬੋਏ ਦੇਖਦੇ ਲਿਆਉਂਦੇ ਆ ਕੋਈ ਇੱਕ ਅੱਧਾ ਲੈ ਉਹ ਸੰਤ ਸੋਹਣੇ ਬਾਈ। ਹਰੇਕ ਸਾਧਨ ਦਾ ਵੱਖੋ ਵੱਖਰਾ ਨਜ਼ਾਰਾ ਬਾਈ। ਉਹ ਐ ਵੀ ਗੱਡੀਆਂ ਹੁਣ ਨਾਲ ਦੋ ਤਿੰਨ ਆਉਂਦੇ ਤਾਂ 8-10 ਜਣੇ ਹੀ ਆ ਜਦੋਂ ਆਉਂਦੇ ਜੀ, ਵੱਧ ਸਕਦੇ ਆ ਘੱਟ ਨਹੀਂ ਸਕਦੇ। ਨਜ਼ਾਰਾ ਵੀ ਹੈ ਖੈਰ, ਮੋਟਰਸਾਈਕਲ ਤੇ ਆਪਦਾ, ਸਾਈਕਲ ਤੇ ਆਪਦਾ ਸਵਾਦ ਆ, ਆਪਣੇ ਪੰਜਾਬ ਚ ਹੁਣ ਤਾਂ ਕੀਤੀ ਨੀ ਬਾਈ ਕਿਤੇ, ਡੇਢ ਘੰਟੇ ਸਾਢੇ 13 ਕਿਲੋਮੀਟਰ ਨਹੀਂ ਜ਼ਿਆਦਾ ਸੀ, ਜ਼ਿਆਦਾ ਪਏ। ਸਹੀ ਹੈ ਪਰ ਹੈ ਬਹੁਤ ਘੈਂਟ ਚੀਜ਼ ਸਾਈਕਲਿੰਗ। ਹਾਂ ਸਵਾਦ ਆ ਬਾਈ ਉਹਦਾ ਆਪਦਾ, ਰੱਖੀ ਚੱਲ ਲੇਹ 'ਚ ਵੱਖਰਾ, ਲੇਹ ਦਾ ਯਾਰ ਲੈਂਡਸਕੇਪ ਬਹੁਤ ਸੋਹਣਾ ਲੱਗਦਾ ਬਾਈ। ਨਹੀਂ 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 ਐਵੇਂ ਲੱਗਦਾ ਰਮਨ, ਜਦੋਂ ਤੁਸੀਂ ਬਾਈ ਹੌਲੀ ਹੌਲੀ ਜਾਂਦੇ ਹੋ ਨਾ, ਜਦੋਂ ਤੁਸੀਂ ਹੌਲੀ ਹੌਲੀ ਜਾਂਦੇ ਹੋ ਥੋੜਾ ਸਰੀਰ ਢਲ ਜਾਂਦਾ, ਹਾਂ ਫਿਰ ਨਹੀਂ ਸਮੱਸਿਆ ਆਉਂਦੀ। ਜਿਹੜਾ ਬੰਦਾ ਜਹਾਜ਼ 'ਤੇ ਸਿੱਧਾ ਆ ਕੇ ਲੇਹ ਉੱਤਰ ਜਾਂਦਾ ਉਹਨੂੰ ਬਹੁਤ ਸਮੱਸਿਆ ਆਉਂਦੀ, ਉਹਨੂੰ ਤਾਂ ਹਾਂ ਦੋ ਤਿੰਨ ਦਿਨ ਨਹੀਂ ਸਰੀਰ ਉਹਦਾ ਟੈਂਕ ਕਹਿਣੇ 'ਚ ਹੁੰਦਾ, ਫਿਰ ਉਦੋਂ ਬਾਅਦ ਚੱਲਦਾ ਕੰਮ। ਤੁਸੀਂ ਆਓ ਸਵਾਦ ਨਹੀਂ ਦੇਖਣਾ, ਆਓ ਜਾਂਗਲਾ ਪੈਲਸ ਵਾਲਾ, ਚਲੋ ਚੱਲਦੇ, ਚਲੋ ਸੋਹਣੀ ਲੱਗੀ ਬਾਈ ਜਗ੍ਹਾ, ਅਸੀਂ ਕੱਲ੍ਹ ਦੇਖੀ ਸੀ। ਚਲੋ ਤੁਰ ਕੇ ਜਾਏ ਜਾਓ, ਗੱਡੀ ਲੈ ਚੱਲਦੇ ਹਾਂ, ਜੇ ਤੁਰ ਕੇ ਜਾਣਾ ਤਾਂ ਆਪਾਂ ਨੂੰ ਸਮਾਂ ਲੱਗ ਜਾਣਾ, ਗੱਡੀ ਨੇੜੇ ਲੈ ਜਾਂਦੇ ਹਾਂ, ਗੱਡੀ ਤਾਂ ਵੈਸੇ ਤੁਰ ਜਾਂਦੀ ਆ ਉਹਦੇ ਸਿਖਰ ਤੱਕ ਜਾਂਦੀ ਆ। ਬਸ ਫਿਰ ਤਾਂ ਬੈਠੋ, ਫਿਰ ਤਾਂ ਆਓ ਜੋ ਜ਼ਿਲ੍ਹਾ ਪਾਸ ਦਿਖਾਏ, ਇਹ ਮੇਰਾ ਪਹਿਲਾ ਬਲੌਗ ਹੈ, ਬੰਬੂ ਕੱਟ ਲੈ ਚੱਲੀਏ ਨਾ, ਇਹ ਆਈਏ ਬਲੌਗ ਬੰਦ ਹੋਤਾ ਹੈ ਭਾਈ। ਪਿੱਛੇ ਉਹ ਕਰਦੇ ਸੀ ਲੜਕਾ ਲੋਕ, ਵਾਹਿਗੁਰੂ ਮਹਾਰਾਜ ਧੰਨ ਗੁਰੂ ਨਾਨਕ। ਬਹੁਤ ਜ਼ਿਆਦਾ ਕੈਮਰੇ ਤੰਗ ਨਹੀਂ ਕਰਦੇ ਕਈ ਵਾਰੀ, ਕਿਹੜੇ ਜਿਹੜੇ ਬਾਹਲੇ ਲੱਗਦੇ ਆ? ਨਹੀਂ ਕਰਦੇ ਆ, ਪਰ ਇਹਨਾਂ ਵਾਸਤੇ ਤਾਂ ਫਿਰਦੇ ਸੀਗਾ। ਨਹੀਂ ਪਰ ਹਰੇਕ ਨੂੰ ਨਹੀਂ ਨਾ ਕਰਦੇ, ਹਰੇਕ ਨੂੰ ਨਹੀਂ ਕਰਦੇ, ਆਪਾਂ ਨੂੰ ਕਰਦੇ ਤਾਂ ਖੁਸ਼ਕਿਸਮਤੀ ਹੈ। ਸਹੀ ਹੈ, ਚਾਹੀਦੇ ਹੀ ਹੈ ਯਾਰ। ਬਹੁਤ ਵਧੀਆ ਸੀ ਡਰਾਈਵ, ਫਿਰ ਇਸ 'ਤੇ ਹੀ ਜਾਊਂਗਾ, ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਹਾਂ ਨਹੀਂ ਹੈਂਡਲਿੰਗ ਜੀ ਚੰਗੀ ਹੈ ਮੋਟਰਸਾਈਕਲਾਂ ਦੀ, ਖੈਰ ਅਸੀਂ ਰੋਕ ਕੇ ਤੁਹਾਨੂੰ ਡੀਕਦੇ ਰਹੇ। ਇੱਥੇ ਉਹਦੀ ਉਹ ਪਾਪ ਮੂਵੀ ਇੱਥੇ ਚੰਨੇ ਮੈਂ ਤੁਹਾਨੂੰ ਦਿਖਾਈ ਸੀਗੀ, ਉਹ ਇੱਥੇ ਸ਼ੂਟ ਹੋਈ ਜੀ, ਜੌਨ ਇਬਰਾਹਿਮ ਵਾਲੀ। ਇੱਕ ਮੁੰਡਾ ਇਤਿਹਾਸਿਕ ਫੋਟੋ ਦੇ ਕਰੇ। ਹਾਂ ਬਾਈ ਫੁੱਲ ਹੋ ਗਏ ਬਾਈ ਸਾਰੇ, ਇੱਕੋ ਹੀ ਹੈ ਬਾਈ, ਮਨੀ ਰਤਨਮ ਨਹੀਂ ਜਿਹੜਾ ਜੀ, ਉਹਨੇ ਤਾਂ ਬਾਹਲਾ ਸ਼ੂਟ ਕੀਤਾ ਲਦਾਖ। ਯਾਰ ਮੇਰਾ ਗਾਣਾ ਜਿੱਤੇ ਆਇਆ ਸੀਗਾ, ਸੋਹਣਿਆ ਸੱਜਣਾ ਰੋਂਦੀ ਹੋਈ ਦੀ ਇੱਕ ਤਸਵੀਰ ਬਣਾਈ, ਜਿੱਥੇ ਆਸ਼ਕ ਗੱਡੀ ਚੜ੍ਹਦੇ ਉਸ ਜਗ੍ਹਾ ਤੇ ਲਾਈ, ਸ਼ੇਰ ਸਾਨੂੰ ਖਾਣ ਪੀਣ ਦੀ ਸੁਰਤ ਨਹੀਂ, ਤੇਰਾ ਨਾਮ ਬੁੱਲਾਂ ਤੇ ਰਹਿੰਦਾ ਹੈ। ਮੰਗਲ ਦੇ ਨਾ ਜਿਵੇਂ ਇੱਕ ਨਾ ਘੁੱਦੇ ਬਾਈ, ਜਿਹੜਾ ਸ਼ੇਰ ਸ਼ੁਰੂ ਕਰਕੇ ਸ਼ੇਰ ਨਿਬੇੜ ਕੇ ਸਥਾਈ ਜਿਹੜੀ ਚੱਕਣੀ ਆ,
ਉਹ ਬੰਦਾ ਵਾਰਸ ਤੋਂ ਹੀ ਸਿੱਖ ਸਕਦਾ। ਹਾਂ, ਸੁਣ ਸੁਣ ਕੇ ਬਿਲਕੁਲ, ਵੀ ਮੈਂ ਸ਼ੇਅਰ ਸ਼ੁਰੂ ਕਰਨਾ, ਉਹ ਸ਼ੇਅਰ ਉਹ ਗਾਣੇ ਬਾਰੇ ਆ, ਜਦੋਂ ਸ਼ੇਅਰ ਮੁੱਕਣਾ ਉਹ ਸਥਾਈ ਚੱਕਣੀ ਕਿਵੇਂ ਆ, ਉਹ ਜਾਂ ਰਮਲੇ ਦੇ ਸ਼ੇਅਰ ਬਹੁਤ ਸੋਹਣੇ, ਮਤਲਬ ਜਿਹੜੇ ਸ਼ੇਅਰ ਲਾਉਣ ਲੱਗੇ ਰਮਲੇ ਨੇ ਹੀ ਸ਼ੁਰੂ ਕੀਤੇ ਗੀਤਾਂ 'ਚ। ਸਹੀ ਹੈ। ਅਰਜਨ ਬਾਈ, ਜਦੋਂ ਤੁਸੀਂ ਵਿਹਲੇ ਹੁੰਦੇ ਆ, ਤੁਸੀਂ ਕਿਹੜੇ ਗਾਣੇ ਸੁਣਦੇ ਆ, ਕਿਹਦੇ ਗਾਇਕ ਪਸੰਦ? ਮੈਂ ਬਾਈ ਹੁਣ ਇੱਕ ਨਾ, ਮੈਂ ਚੱਲ ਤੁਸੀਂ ਪੁੱਛ ਲਿਆ, ਮੈਂ ਪਰਟੀਕੁਲਰ ਗਾਣੇ ਪਰਟੀਕੁਲਰ ਗਾਣੇ ਦੱਸਾਂ ਕਿ ਵੈਸੇ ਤੁਸੀਂ ਇੱਕ 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 ਗਾਣਾ ਦੱਸ ਦਿਓ ਭਲਾ ਜੀ। ਇੱਕ ਨਾ ਅਸੀਂ ਇੰਗਲੈਂਡ ਸੀਗੇ, ਇੱਕ ਮੈਨੂੰ ਗਾਣਾ ਨਿੱਕੇ ਹੁੰਦੇ ਤੇ ਅਸੀਂ ਸੁਣਦੇ ਸੀ, ਇੱਕ ਮੁੰਡਾ ਸੀ ਮੰਨਾ ਢਿੱਲੋਂ ਜੀ, ਉਹਦੇ ਗਾਣੇ ਹੁੰਦੇ ਸੀ, ਉਹ ਬਾਈ ਸੀ ਮਿਊਜ਼ਿਕ ਡਾਇਰੈਕਟਰ ਜੱਗੀ ਸਿੰਘ, ਉਹਦਾ ਗਾਣਾ ਸੀ ਕੱਲ ਅੱਧੀ ਰਾਤੀ ਆਇਆ ਮੈਨੂੰ ਸੁਪਨਾ। ਹਾਂ, ਅੱਧੀ ਰਾਤੀ ਆਇਆ ਮੈਨੂੰ ਸੁਪਨਾ, ਵੇ ਸੁਪਨੇ ਚ ਤੂੰ ਆਇਆ ਸਜਣਾ, ਇੱਕ ਉਹ ਬਹੁਤ ਸੁਣੀ ਇਹਨੇ। ਇੱਕ ਅਸੀਂ ਮੈਂ ਕੱਲ ਰਾਣੇ ਨੂੰ ਸੁਣਾਉਂਦੇ, ਇੱਕ ਲਾਭ ਹੀਰੇ ਦਾ ਗਾਣਾ, ਉਹ ਕਾਰ ਦੇਖ ਕੇ ਕਹਿਤਾ ਵੀ ਮੈਂ ਸੌਖੀ ਵੱਸਦੀ, ਉਹ ਸੁਣਦੇ ਹੁੰਦੇ। ਨਹੀਂ, ਗੁਲਾਮ ਅਲੀ ਸਾਹਿਬ ਦਾ, ਮਨਪ੍ਰੀਤ ਅਖਤਰ ਦਾ ਇੱਕ ਗਾਣਾ, ਤੂੰ ਮਿਲੇਗਾ ਨਹੀਂ ਆਖੇ ਨਹੀਂ, ਦਰਦ ਹੋਗਾ ਜੋ ਅੱਜ ਪਾਸ ਹਮਦਮ ਨਹੀਂ, ਤੂੰ ਗਏ ਗਮ ਨਹੀਂ ਆਖੇ ਨਹੀਂ। ਨਹੀਂ, ਖਾਨ ਸਾਹਿਬ ਦਾ ਹੀ ਸੁਣਦੇ ਹੀ ਰਹਿੰਦੇ ਹਾਂ। ਮਾਨਕ ਸਾਹਿਬ ਦਾ ਮੈਨੂੰ ਆਹ ਦਿਨਾਂ 'ਚ ਮੈਂ ਉਹ ਸੁਣੀ ਜਾਂਦਾ, ਹਾਏ ਵੀਰ ਓਏ ਉੱਠਾਂ ਵਾਲਿਓ ਵੇ ਜਾਇਓ ਇੱਕ ਸੁਨੇਹਾ ਲੈ ਕੇ, ਕੌਲਾਂ ਟੱਕੇ ਚੁਗਦੀ ਦਾ ਜਾਇਓ ਵੇ, ਪਾਣੀ ਪੀ ਲਓ ਇੱਕ, ਇਕੱਲੇ ਓ ਮਾਂ ਰਾਣੀ ਨੂੰ ਆ ਕੇ ਲੈ ਜੇ ਖਬਰ ਵੇ ਮੇਰੀ, ਕਹਿ ਦਿਓ ਮੇਰੇ ਬਾਬਲ ਨੂੰ ਛੱਡਤੀ ਧੀ ਚੌਧਰੀ ਆ ਤੇਰੀ। ਕੀ ਬਾਤ ਹੈ ਯਾਰ, ਚਮਕੀਲਾ ਵੀ ਨੋਰਮਲੀ ਚੱਲਦਾ ਰਹਿੰਦਾ ਚਮਕੀਲਾ। ਹਾਂ, ਅਤੇ ਹਿੰਦੀ ਗਾਣੇ ਹੁਣ ਅਸੀਂ ਆਤਿਫ ਅਸਲਮ ਸਾਰੇ ਆਤਿਫ ਜ਼ਿਆਦੇ ਸੁਣਦੇ ਹੁੰਦੇ ਹਾਂ, ਜਿਹੜਾ ਜਿਵੇਂ ਫੁੱਟਪਾਥ ਮੂਵੀ 'ਚ ਜਿਹੜੇ ਸ਼ੁਰੂ ਤੋਂ ਜਦੋਂ ਆਤਿਫ ਦੇ ਗਾਣੇ ਆਏ ਸੀ ਜੀ ਬਾਈ ਜੀ, ਅਤੇ ਬਾਈ ਮਨਮੋਹਨ ਵਾਰਸ ਕਮਲ ਹੀਰ ਜ਼ਿਆਦਾ ਸੁਣਦਾ ਵੀ ਨੋਰਮਲੀ ਉਈ ਗੱਡੀ 'ਚ ਚੱਲਦਾ ਹੁੰਦਾ। ਇੱਕ ਤੁਹਾਡੀ ਉਹ ਮਸ਼ਹੂਰ ਹੋਈ ਸੀਗੀ, ਉਹਦਾ ਕਵਰ ਬਣਾਇਆ ਸੀਗਾ ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾਂ ਮੇਰੇ। ਹਾਂ, ਉਹੀ ਚੀਜ਼ ਨਿਕਲੀ ਪੜ੍ਹਾਈ ਦਿਲਾਂ ਮੇਰੇ। ਸਨੈਪਚੈਟ ਦੀ ਸਟੋਰੀ ਉਹ, ਵੈਸੇ ਜਿਹੜੀ ਗੱਲ ਆ ਵਾਲਿਆਂ ਨੂੰ ਪਤਾ ਹੋ ਨਾ ਪਤਾ, ਉਹ ਸ਼ੇਰ ਮੰਗਲ ਹਠੂਰ ਦਾ, ਉਹ ਲਿਖਿਆ ਦਵਿੰਦਰ ਖੰਨੇ ਵਾਲੇ ਦਾ, ਇਹ ਮੈਨੂੰ ਵੀ ਐਂ ਲੱਗਦਾ ਹੀ ਪਹਿਲਾਂ ਵੀ ਮੰਗਲ ਦਾ ਹੀ ਆ ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾਂ। ਉਹਦੇ ਮੂਹਰੇ ਇੱਕ ਸ਼ੇਰ ਹੁੰਦਾ ਯਾਰ, ਮੈਨੂੰ ਚੇਤੇ ਨਹੀਂ ਬਾਈ, ਯਾਦ ਆ ਤੁਹਾਨੂੰ? ਕਿਹਦੇ? ਇਹਦੇ ਸੋਚਿਆ ਸੀ ਮਹਿਫਲ ਸਾਡੀ ਏ, ਅਸੀਂ ਮਹਿਫਲ ਸਾਡੀ ਏ, ਇਹ ਗੋਰੇ ਕਾਲੇ ਸਭ ਮਹਿਫਲ ਵਾਲੇ ਸਾਡੇ ਨੇ, ਅਸੀਂ ਜਾਤ ਪਾਤ ਤੋਂ ਕੀ ਲੈਣਾ, ਸਭ ਗੋਰੇ ਕਾਲੇ ਸਾਡੇ ਨੇ, ਪਰ ਕੀ ਦੱਸੀਏ ਅਸੀਂ ਮੰਗਲਾ ਹੋਏ, ਵਿਸ਼ਵਾਸ ਬਣਾਏ ਹਾਰ ਗਏ ਅਸੀਂ ਆਪਣੇ ਜਿਨ੍ਹਾਂ ਨੂੰ ਕਹਿੰਦੇ ਸੀ, ਸਾਨੂੰ ਉਹੀ ਛੱਡ ਵਿੱਚ ਕਰ, ਉਹੀ ਇੱਕ ਦਿਨ ਮਾਰ ਗਏ, ਫਿਰ ਚੱਕਦਾ ਹੁੰਦਾ ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ, ਉਹੀ ਚੀਜ਼ ਨਿਕਲੀ ਪਰਾਈ ਦਿਲਾ ਮੇਰਿਆ, ਜਿਹਦੇ ਪਿੱਛੇ ਹੋ ਪੰਛੀ ਪਰਦੇਸੀਆਂ ਤੇ ਟੁੱਟੇ ਹੋਏ ਤਾਰਿਆਂ ਨੂੰ, ਕਿਵੇਂ ਕਦੋਂ ਗਲ ਲਾਇਆ ਦੱਸ ਦੇ ਵਿਚਾਰਿਆਂ ਨੂੰ, ਕਿੰਨੀ ਵਾਰੀ ਤੈਨੂੰ ਸਮਝਾਈ ਦਿਲਾ ਮੇਰਿਆ,
ਉਹੀ ਚੀਜ਼ ਨਿਕਲੀ ਰਾਏ ਦੇ ਨਾ ਮੇਰੇ। ਕਮਲ ਹੀਰ ਬਾਈ ਬਾਰੇ ਲੋਕੀ ਸਿਰਫ ਗਾਉਣ ਤੱਕ ਇੰਨਾ ਕੀ ਪਤਾ, ਪਰ ਵਾਰਸ ਭਾਈ ਨੇ ਇੱਕ ਇੰਟਰਵਿਊ 'ਚ ਵੀ ਦੱਸਿਆ ਅਤੇ ਪਰਸਨਲੀ ਵੀ ਇੱਕ ਵਾਰ ਉਹਨੇ ਦੱਸਿਆ ਕਿ ਅਸੀਂ ਤਿੰਨੇ ਭਰਾ ਕਹਿੰਦੇ ਨੁਸਰਤ ਸਾਹਿਬ ਆਏ ਹੋਏ ਸੀ ਅਤੇ ਅਸੀਂ ਮਿਲਣ ਗਏ ਜੀ, ਤਾਂ ਉਹ ਕਹਿੰਦੇ ਜਾਂਦਿਆਂ ਸਾਨੂੰ ਕਹਿੰਦੇ ਵੀ ਸਾਡੇ ਨਾ ਹਾਰਮੋਨੀਅਮ ਵਾਲੇ ਵਾਲੇ ਬਿਮਾਰ ਆ ਅਤੇ ਅਸੀਂ ਵਾਪਸ ਚੱਲੇ ਹਾਂ ਜੀ। ਉਹਨਾਂ ਦਾ ਸ਼ੋਅ ਸੀ, ਸ਼ੋਅ ਸੀਗੇ ਉਹਨਾਂ ਦੇ, ਟੂਰ ਸੀ, ਡਿਲੇ ਹੋ ਗਿਆ ਸੀ ਇਸ ਗੱਲ ਕਰਕੇ। ਅਤੇ ਉਹ ਸਰਦਾਰ ਭਾਈ ਕਹਿੰਦੇ ਵੀ ਕਮਲ ਟਰਾਈ ਕਰਕੇ ਦੇਖ ਲਓ, ਉਹ ਕਾਫੀ ਸ਼ੋਆਂ 'ਚ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਹਾਰਮੋਨੀਅਮ ਪਲੇ ਕੀਤਾ ਹੋਇਆ ਕਮਲ ਹੀਰ ਬਾਈ ਨੇ। ਕੀ ਬਾਤ ਹੈ ਯਾਰ, ਮੈਂ ਕਹਿੰਦਾ ਬੰਦਾ ਸੁਰ 'ਚ ਇਕੱਲਾ ਸੁਣ ਸੁਣ ਕੇ ਵੀ ਆ ਸਕਦਾ ਉਹਨਾਂ ਨੂੰ, ਜੇ ਇਕੱਲਾ ਸੁਣ ਹੀ ਲਵੇ। ਉਹ ਤਾਂ ਬਾਈ ਯਾਰ ਗੱਲਾਂ ਕਰਦੇ ਆ ਲੱਗਦੇ ਜਿਵੇਂ ਗਾਈ ਜਾਂਦੇ, ਪਰਫਾਰਮਰ ਬਹੁਤ ਤਕੜੇ ਆ। ਹਾਂ ਸਹੀ ਹੈ, ਮਾਹੌਲ ਵੀ ਉਹਨਾਂ ਦੇ ਘਰ ਦਾ ਸਾਰਾ ਹੀ, ਫਿਰ ਤਿੰਨੇ ਭਰਾ ਹੀ ਗਾਉਂਦੇ ਸਿੱਖਦੇ, ਉਹ ਵੀ ਬਹੁਤ ਫਰਕ ਪੈਂਦਾ। ਜਿਹੜਾ ਨਾ ਇੱਕ ਆਪਾਂ ਕਹਿੰਦੇ ਹਾਂ ਵੀ ਜਿਵੇਂ ਕੋਈ ਬੰਦਾ ਕੁਛ ਕਿਸੇ ਫੀਲਡ 'ਚ ਕਰ ਜਾਂਦਾ ਵੀ ਕਿਵੇਂ ਬੱਚੇ ਨੂੰ ਕੀ ਟ੍ਰੀਟ ਕਰਨਾ ਚਾਹੀਦਾ, ਹਰ ਕੋਈ ਪੁੱਛਦਾ ਹੈਗਾ, ਤੁਹਾਡੇ ਘਰਦਿਆਂ ਨੂੰ ਕੋਈ ਪੁੱਛਦਾ, ਪਰ ਜਦੋਂ ਉਹ ਗੱਲ ਸੁਣਾਉਂਦੇ ਆ ਵੀ ਮੇਰੇ ਪਾਪਾ ਜੀ ਵੀ ਸ਼ੇਕਸਪੀਅਰ ਵੀ ਪੜ੍ਹਿਆ ਹੋਇਆ ਸੀ ਜੀ, ਜੇਨ ਆਸਟਨ ਪੜ੍ਹੀ ਵੀ ਸੀ, ਜਿਵੇਂ ਡੈਫੋਡਿਲਸ ਉਹ ਆਪਾਂ ਨੂੰ ਪਲੱਸ ਵਨ 'ਚ ਸੀ ਸ਼ਾਇਦ ਪੋਇਮ, ਅਤੇ ਉਹ ਉਹਨਾਂ ਨੂੰ ਪਤਾ ਸੀ, ਅਤੇ ਉਹ ਆਮ ਜੱਟ ਜ਼ਿਮੀਂਦਾਰ ਬੰਦਾ ਉਹਨਾਂ ਦਾ ਜਿਹੜਾ ਫਾਦਰ ਆ ਜੀ, ਅਤੇ ਫਿਰ ਉਹ ਜਵਾਕਾਂ 'ਚ ਜਾਣੀ ਆ ਉਹ ਗੱਲ ਜਾਣੀ ਆ। ਬਹੁਤ ਗੱਲਾਂ ਚੱਲਾ ਤਾਂ ਮੈਂ ਸਰਸਰੀ ਇੱਕ ਦੱਸਦਾ, ਪ੍ਰਭਾਵਿਤ ਹੁੰਦਾ ਕਰਦੇ ਮਾਹੌਲ ਦਾ, ਜਵਾਕ 'ਤੇ ਅਸਰ ਪੈਂਦਾ ਹੀ ਪੈਂਦਾ ਬਾਈ, ਜਿਹੜਾ ਕੁਛ ਆਪਾਂ ਕਰਾਂਗੇ ਗਾਹਾਂ ਜਵਾਕਾਂ ਨੇ ਉਹੀ ਕੁਛ ਕਰਨਾ ਬਾਈ, ਸਿੱਖਦਾ ਤਾਂ ਪਹਿਲਾਂ ਸਕੂਲ ਤਾਂ ਮਾਂ ਪਿਓ ਹੀ ਹੈ ਨਾ। ਜਾਂ ਫਿਰ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਜੋ ਬਾਪੂ ਤੋਂ ਹੋਇਆ ਨਹੀਂ ਹੁੰਦਾ ਉਹ ਕਹਾਂ ਚਾਹੁੰਦਾ ਵੀ ਪੁੱਤ ਕਰੇਗਾ, ਉਹ ਪੁੱਤ ਕਰੇ। ਸਹੀ ਹੈ, ਆਪਾਂ ਜਾਂਗਲਾ ਪੈਲਸ ਦੇ ਬੂਹੇ 'ਤੇ ਖੜ੍ਹੇ ਹਾਂ ਅੱਜ, ਤੁਸੀਂ ਦੂਜੀ ਵਾਰੀ ਸਾਰਾ ਦਿਨ ਬਾਈ ਅਰਗਿਆਂ ਨਾਲ ਉੱਥੇ ਬੈਠੇ ਰਹੇ, ਗੱਲਾਂ ਬਾਤਾਂ ਕਰਦੇ ਰਹੇ, ਜਾਂਗਲਾ ਪੈਲਸ ਵੱਲ ਚੜ੍ਹਦੇ ਹਾਂ ਅਤੇ ਨਾਲੇ ਗੱਲਾਂ ਅਤੇ ਗੀਤ ਸੰਗੀਤ। ਚਲੋ ਜੀ, ਕਰੀਏ ਰੰਗਾ ਰੰਗ ਪ੍ਰੋਗਰਾਮ ਪੇਸ਼ ਨਿਸ਼ਕਾਰਾ। ਸੋਹਣਿਆ ਸੱਜਣਾ ਰੋਂਦੀ ਹੋਈ ਦੀ ਇੱਕ ਤਸਵੀਰ ਬਣਾ। ਆ ਵਧੀਆ ਹੋਈ ਗੱਲਬਾਤ, ਵਧੀਆ ਹੋਈ ਹੈ ਨਾ, ਇਹ ਗੱਲਾਂ ਘੈਂਟ ਹੁੰਦੀਆਂ ਨੇ। ਹਾਂ ਇਹ ਵਧੀਆ ਹੋਈ ਗੱਲਾਂ, ਇਹ ਗੱਲਾਂ ਵਧੀਆ ਹੁੰਦੀਆਂ। ਮਤਲਬ ਇੰਟਰੋਡਕਸ਼ਨ ਆਪਾਂ ਦੁਬਾਰਾ ਕੋਈ ਸ਼ੂਟ ਕਰ ਲਾਂਗੇ ਹੈ ਨਾ, ਕਰ ਲਾਂਗੇ ਬਾਈ ਕਰ ਲਾਂਗੇ, ਗੱਲ ਹੀ ਕੋਈ ਨਹੀਂ। ਜਾਂਗਲਾ ਖਾਰ ਪੈਲੇਸ ਇੱਕ ਗੀਤ ਨਾ 47 'ਤੇ ਬਣਾਇਆ ਇਸ ਐਲਬਮ ਜੀ। ਯਾਰ ਵੇਲਾ ਬਾਈ ਲਿਖਿਆ ਹੋਇਆ, ਆਹ ਕਿੱਥੋਂ ਦਾ ਲਿਖਿਆ, ਹੰਗਰੀ ਦਾ, ਹੰਗਰੀ ਦਾ ਇੱਕ ਸਕੋਲਰ 1823 ਤੋਂ 1824 ਤੱਕ ਇੱਥੇ ਆ ਕੇ, ਅਤੇ ਇੰਗਲਿਸ਼ ਤਿੱਬਤ ਇਨ ਡਿਕਸ਼ਨਰੀ ਟਿਲ ਦ ਇਨਵੇਸ਼ਨ ਆਫ ਡੋਗਰਾ ਰੂਲਰ ਬਾਈ। ਵੇਲਾ 100 ਸਾਲ ਪਹਿਲਾਂ ਦੀ ਗੱਲ ਆ, ਨਹੀਂ 200 ਡੋਗਰਾ ਰੂਲਰ ਥੋੜ੍ਹੀ ਸੀ, ਡੋਗਰੇ ਤਾਂ ਸਰਕਾਰ ਖਾਲਸਾ ਦੇ ਅੰਡਰ ਲੜੇ। ਹਾਂ ਡੋਗਰਾ 1834 'ਚ ਜਨਰਲ ਜ਼ੋਰਾਵਰ ਸਿੰਘ ਸਿੰਘ ਸੀ ਇੱਥੇ, ਜਨਰਲ ਜ਼ੋਰਾਵਰ ਸਿੰਘ ਪਰ ਲਿਖਦੇ ਨਹੀਂ ਨਾ। ਟਿਲ ਦ ਇਨਵੇਜ਼ਨ ਬਾਈ ਡੋਗਰਾ ਰੂਲਰ ਇਨ 1834 ਟੂ ਲਦਾਖ, ਜਿਹੜੀ ਉਹ ਤੁਸੀਂ ਵੇਖੀ ਹੋਣੀ ਆ ਕੀ ਮਿਨਿਸਟਰੀ 'ਚ ਵੀ ਲਿਖਿਆ ਹੋਇਆ, ਅਤੇ ਸਪਿਤੀ ਵਾਲੀ ਉਹ ਵੀ ਬਾਈ ਕਹਿੰਦੇ ਸਟੋਰੀ ਅਸਲੀ ਆ, ਜਿਹੜੀ 7 ਈਅਰਸ ਇਨ ਤਿੱਬਤ ਆ ਬਰੈਡ ਪਿੱਟ ਦੀ ਮੂਵੀ ਨਹੀਂ ਜੀ, ਉਹ ਵੀ ਕਹਿੰਦੇ ਸਹੀ, ਉਵੇਂ ਉਹ ਵੀ ਦੋ ਗੋਰੇ ਰਹੇ ਸੀ ਆ ਕੇ। ਓਕੇ, ਅਸੀਂ ਵੀਰੇ ਅੱਜ ਕੱਲ੍ਹ ਨੂੰ ਅਸੀਂ ਸ਼ਾਇਦ ਉੱਥੇ ਇੱਕ ਪਿੰਡ ਪੈਂਦਾ ਫੋਕਸਰ, ਉੱਥੇ ਜਾਵਾਂਗੇ, ਦੋਵੇਂ ਦਰਿਆ ਦੇ ਵਿਚਕਾਰ ਪੈਂਦਾ। ਅੱਛਾ, ਅਤੇ ਫਿਰ ਪਰਸੋਂ ਅਸੀਂ ਲੇਹ ਪਹੁੰਚਾਂਗੇ। ਤੁਸੀਂ ਕਿੱਦਣ ਪਹੁੰਚਣਾ, ਤੁਸੀਂ ਕੱਲ੍ਹ ਜਾਣਾ? ਕੱਲ੍ਹ ਲੇਹ ਜੀ, ਪਰ ਪਰਸੋਂ ਵੀ ਲੇਹ ਹੀ ਰੁਕਣਾ। ਠੀਕ ਆ, ਰੁਕਣਾ ਲੇਹ ਹੀ ਆ।
ਲੇਹ ਸੋਹਣਾ ਸ਼ਹਿਰ ਆ ਬਾਈ, ਸ਼ਹਿਰ ਵੀ ਸੋਹਣਾ ਉਹ, ਵਾਈਬ ਜੀ ਹੈਗੀ ਆ ਸ਼ਾਇਦ ਲੇਹ ਸ਼ਹਿਰ ਦੀ ਬਾਈ, ਵਧੀਆ ਲੱਗਦਾ ਮੈਨੂੰ ਉਹ। ਰੋਜ਼ਾਨਾ ਵਧੀਆ ਯਾਰ, ਅਤੇ ਜਿੰਮ ਜੁੰਮ ਵੀ ਸਾਰਾ ਕੁਛ ਕਰੀ ਦੌੜ? ਨਹੀਂ ਉਹ ਤੁਰਦਾ ਮੈਂ ਲੱਗ ਹੁੰਦਾ ਬਾਈ। ਓਕੇ ਓਕੇ। ਤੁਰਦਾ ਮਤਲਬ ਮੈਂ 1.5-2 ਘੰਟੇ ਹੈ ਰੋਜ਼ ਹੀ। ਹਾਂ, ਅਤੇ ਜਿੰਮ ਤਾਂ ਚੱਲ ਸਵੇਰੇ ਲੱਗਦੀ ਲੱਗਦੀ। ਚੱਲ ਵਧੀਆ, ਜਿੰਮ ਨਾਲ ਨਾ ਬੰਦਾ ਯਾਰ ਪੰਕਚੁਅਲ ਜਿਹਾ ਬਣਿਆ ਰਹਿੰਦਾ ਬਾਈ, ਸਰੀਰ ਨਾਲ ਸਵੇਰੇ ਐਂ ਹੁੰਦਾ ਵੀ ਉੱਠ ਕੇ ਦਿਨ ਜਿਹਾ ਸ਼ੁਰੂ ਹੋ ਜਾਂਦਾ। ਰਲਾ ਲਈਏ ਬਾਈਆਂ ਨੂੰ ਆਪਾਂ ਨਾਲ? ਰਲਾ ਲਓ, ਆ ਜਾਣ ਦੋ ਉਹਨਾਂ ਨੂੰ, ਚੜ੍ਹਾਈ ਇੱਕਦਮ ਪੈ ਜਾਂਦੀ ਹੈ ਨਾ। ਬਸ ਪਹੁੰਚ ਗਏ ਜੰਗਲਾ ਪੈਲੇਸ, ਵੇਲਾ ਆਪਣੇ ਵਾਲੇ ਬੰਦੇ ਘੱਟ ਆਉਂਦੇ ਆ ਬਾਈ ਇੱਥੇ। ਆਹ ਗੋਰਿਆਂ ਦੀਆਂ ਦੋ ਗੱਡੀਆਂ ਆਈਆਂ ਨੇ। ਫੀਤਾ ਖੁੱਲ ਗਿਆ ਚੰਨਿਆਂ ਉੱਪਰ ਜਾਣਾ ਬਾਈ, ਗਾਂ ਕੱਲ ਤਾਂ ਬੰਦ ਪਿਆ ਸੀ ਅੱਜ ਖੋਲਿਆ ਇਹਨਾਂ ਨੇ, ਪੁੱਛ ਲਓ ਉਹਨਾਂ ਨੂੰ। ਚਲੋ ਚੱਲੀਏ, ਤੁਹਾਨੂੰ ਲੈ ਗਿਆ ਸਵਾਦ। ਵਾਹਿਗੁਰੂ। ਚੜ੍ਹ ਤਾਂ ਗਏ ਤਾਂ ਹਾਂ ਆਪਾਂ ਇਹਦੇ ਸੁਭਾਅ ਤੀ ਗਿਆ, ਰਹਿਣ ਤੋਂ ਥੱਲੇ ਚੱਲਦੇ ਹਾਂ, ਥੱਲੇ ਥੱਲੇ ਸਗੋਂ ਵਿਊ ਜ਼ਿਆਦਾ ਸੋਹਣਾ ਬਾਈ ਇਹਦਾ, ਬਾਹਰ ਖੜ ਕੇ ਦੇਖ। ਹਾਂਜੀ, ਅੱਜ ਇਹਨਾਂ ਨਾਲ ਗਾਈਡ ਆਏ ਹੋਣਗੇ, ਉਹ ਚੱਲ ਦੱਸ ਦੇਣਗੇ। ਅੱਜ ਸਵੇਰੇ 10 ਵਜੇ ਸਾਰੇ ਵੀਰ ਭਰਾ ਆਏ ਸੀ ਬਾਈ ਅਰਜਨ ਹਰਵਿੰਦਰ ਵਰਗੇ, ਅਤੇ ਇਸੇ ਜਗ੍ਹਾ 'ਤੇ ਵਧੀਆ ਗੱਲਾਂ ਬਾਤਾਂ ਕਰਦੇ ਰਹੇ।
ਆਥਣ ਤੇ 6:30 ਵੱਜ ਗਈ। ਤੋਂ ਇਦੂ ਗਾਹਾਂ ਹੁਣ ਜਾਣਾ ਔਖਾ, ਕਿਉਂਕਿ ਇੱਕ ਸੀਗੀ ਪਿਉਂ ਤੋਂ ਵੀ ਦਰਾ ਲੰਘਾਂਗੇ, ਉਹ ਕੱਲ੍ਹ ਨੂੰ ਸਫ਼ਰ ਕਰਾਂਗੇ। ਜਦੋਂ ਮੈਂ ਹੁਣਾਂ ਲੱਗ ਜਾਣ ਤਾਂ ਫਿਰ ਲੰਮਾ ਸਮਾਂ ਲਾਉਣਾ ਵੀ ਲਾਜ਼ਮੀ ਹੁੰਦਾ, ਅਤੇ ਸਫ਼ਰ ਹੁੰਦੇ ਵੀ ਆਏ ਆ ਜਦੋਂ ਤੁਸੀਂ ਖੁੱਲ੍ਹ ਕੇ ਸਮਾਂ ਕੱਢ ਲੈਂਦੇ ਹੋ ਤਾਂ ਫਿਰ ਗੱਲਾਂ ਬਾਤਾਂ ਹੋ ਜਾਂਦੀਆਂ ਅਤੇ ਬੰਦਾ ਠਰੰਮੇ ਨਾਲ ਦੇਖ ਲੈਂਦਾ। ਸਗਾਂ ਜੇ ਅਸੀਂ ਇੱਥੇ ਬੈਠੇ ਰਹੇ, ਜਿਹੜਾ ਢਾਬੇ ਵਾਲੇ ਸੀ ਨਾ ਸਾਡੀ ਵਧੀਆ ਲਿਆ ਪਈ ਸੀ, ਉਹ ਚੈੱਕ ਪੋਸਟ ਵਾਲੇ ਆ, ਉਹਨਾਂ ਨਾਲ ਲਿਆ ਜਾਵੇਗੀ, ਕਿਉਂਕਿ ਦੂਜੀ ਥਾਂ ਦੂਜੇ ਦਿਨ ਦੂਜੀ ਰਾਤ ਇੱਥੇ ਲੱਗਣੀ ਆ। ਪਹਿਲਾਂ ਅਸੀਂ ਤੰਬੂ ਲਾਉਂਦੇ ਸੀ ਬਾਹਰ, ਹਵਾ ਤੇਜ਼ ਵਗੀ ਜਾਂਦੀ ਆ। ਆਹ ਇੱਕ ਨਾਲ ਹੀ ਇੱਕ ਸਰਕਾਰੀ ਬਿਲਡਿੰਗ ਬਣੀ ਹੋਈ ਆ, ਵਿਹਲੀ ਪਈ ਆ, ਖਾਲੀ ਆ ਬਿਲਕੁਲ। ਅੱਜ ਦੀ ਰਾਤ ਆਪਾਂ ਇਹਦੇ ਵਿੱਚ ਰਵਾਂਗੇ, ਬਾਹਰ ਹਵਾ ਦਾ ਅੜਕਾ ਸੀ। ਇੱਥੇ ਆਓ, ਆਪਾਂ ਆਪਦਾ ਤੰਬੂ ਕੱਢ ਲਿਆ, ਸਾਜੋ ਸਮਾਨ ਸਾਰਾ ਇੱਥੇ ਰੱਖ ਕੇ ਇੱਥੇ ਰਵਾਂਗੇ ਢਾਬਿਆਂ ਵਾਲਾ ਕੋਲ ਰੋਟੀ ਖਾ ਕੇ, ਅਤੇ ਕੱਲ੍ਹ ਨੂੰ ਆਪਾਂ ਕਰਾਂਗੇ ਅਗਲਾ ਸਫ਼ਰ ਲੇਹ ਵੱਲ ਦਾ। ਦੋ ਉੱਚੇ ਦਰੇ ਚੜ੍ਹਾਂਗੇ, ਸਿੰਗੇਲਾ ਅਤੇ ਦੂਜੇ ਦਾ ਨਾਮ ਹੈ ਭੁੱਲ ਗਿਆ ਹੁਣ ਯਾਰ, ਕੀ ਨਾਂ, ਸਿਰਸਿਰਲਾ। ਹੋਰ ਵੀ ਆਉਣਗੇ ਇੱਕ ਦੋ, ਕਈ ਪਾਸ ਨੇ। ਅਤੇ ਮਿਲਦੇ ਹਾਂ ਆਪਾਂ ਕੱਲ੍ਹ ਦੀ ਵੀਡੀਓ 'ਚ, ਕੱਲ੍ਹ ਦੇ ਸਫ਼ਰ ਦੇ ਨਾਲ ਜੁੜੇ ਰਹੋ ਆਪਣੇ ਸਫ਼ਰਾਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸਫ਼ਰਾਂ ਦੇ ਇਹੋ ਜਿਹੇ ਤਜਰਬੇ ਹੁੰਦੇ ਨੇ। ਇਹ ਭੈਣ ਹੋਣੀ ਰਾਤ 9:30 ਘਰੋਂ ਰੋਟੀ ਪਾਣੀ ਬਣਾ ਕੇ ਲਿਆਈਆਂ ਨੇ, ਅਸੀਂ ਇੱਥੇ ਬੈਠੇ ਰਹੇ, ਉਡੀਕਦੇ ਰਹੇ, ਪਰ ਇਹ ਕਿਤੇ ਕਮੀ ਧੰਦੀ ਲੱਗੀਆਂ ਸੀ ਅਤੇ ਨਹੀਂ ਆ ਸਕੀਆਂ। ਅਤੇ ਇਹ ਢਾਬਾ ਜਿਵੇਂ ਪਹਿਲਾਂ ਗੱਲ ਕੀਤੀ, ਸਾਰੇ ਪਿੰਡ ਦੀਆਂ ਬੀਬੀਆਂ ਰਲ ਕੇ ਚਲਾਉਂਦੀਆਂ ਨੇ, ਅਤੇ ਇਹ ਵਿਚਾਰੀਆਂ ਰੋਟੀ ਪਾਣੀ ਲੈ ਕੇ ਆਈਆਂ। ਇਹ ਚੀਜ਼ਾਂ ਸਫ਼ਰ ਐਂ ਹੁੰਦੇ ਆ, ਸੋਹਣੇ ਲੱਗਦੀਆਂ ਚੀਜ਼ਾਂ ਇਹੋ ਜਿਹੀਆਂ। ਆਪਕਾ ਘਰ ਯਹਾਂ ਸੇ ਦੂਰ ਹੈ? ਓਕੇ ਓਕੇ ਓਕੇ, ਚਲੋ ਜੀ, ਬਹੁਤ ਬਹੁਤ ਧੰਨਵਾਦ। ਆਪਕੇ ਉਧਰ ਇੱਕ ਪੰਮੀ ਹੋਮ ਸਟੇ ਹੈ ਨਾ, ਹਮਨੇ ਉਨਕਾ ਨੰਬਰ ਵੀ ਕੱਲ੍ਹ ਫੋਟੋ ਲਿਆ ਥਾ, ਹਮਨੇ ਉਨਕੋ ਫੋਨ ਲਗਾਇਆ, ਖਾਣਾ ਮਿਲ ਜਾਏਗਾ? ਵੋ ਬੋਲਾ ਨਹੀਂ, ਹਮ ਨਹੀਂ ਦੇ ਸਕਤੇ, ਤੋ ਫਿਰ ਹਮ ਇੱਕ ਰੋਟੀ ਖਾ ਕੇ ਸੌਂ ਗਏ, ਜੋ ਜਹਾਂ ਪਰ ਪੜੀ ਥੀ ਵੋ ਉਠਾ ਕੇ ਖਾ ਲਈ ਥੀ ਹਮਨੇ। ਜੀ ਧੰਨਵਾਦ ਆਪ ਸਬਕਾ ਜੀ, ਧੰਨਵਾਦ। ਲੱਦਾਖ ਦੇ ਪਿੰਡਾਂ ਦੀ ਇਹ ਸੋਹਣੀ ਚੀਜ਼ ਹੈ, ਅਤੇ ਇਹ ਇਹਨਾਂ ਪਿੰਡਾਂ ਦਾ ਸਾਦਾਪਣ ਹੈ। ਉਹ ਨਾਲ ਬੱਚਾ ਲਿਆਂਦਾ ਅਤੇ ਬੱਚਾ ਇਹ ਜੁੜੀ ਜਾਂਦਾ। ਹਮ ਜੋੜ ਕੇ ਬਤਾਏ ਕਿਨੂੰ, ਕੌਣ ਸੀ ਕਕਸ਼ਾ ਮੈਂ ਪੜ੍ਹਤੇ ਹੋ ਬੱਚੇ, ਕੌਣ ਸੀ ਕਲਾਸ ਮੈਂ ਪੜ੍ਹਤੇ ਹੋ? ਫੋਰਥ ਮੇ, ਓਕੇ। ਤੋ ਆਤਾ ਹੈ ਜੋੜ ਕਰਨਾ? ਲਾਲਾ ਮੱਥਾ ਮਾਰਲਾ, ਛੋਟੇ ਵੀ ਰਾਹੀਂ ਸਿੱਖੇਗਾ। ਨਹੀਂ ਨਹੀਂ, ਸਿੱਖਣ ਦੇ ਬਲ, ਹਾਂ ਮੁੜ ਕੇ ਆਪਾਂ ਹਿਸਾਬ ਲਾ ਦੇਗਾ।